ਸ਼ਹੀਦ ਮਦਨ ਲਾਲ ਢਿੰਗਰਾ ਜਿਨ੍ਹਾਂ ਦਾ ਅੱਜ ਬਲੀਦਾਨ ਦਿਹਾੜਾ ਮਨਾਇਆ ਜਾ ਰਿਹਾ। ਸਿਰਫ 26 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੇ ਦੇਸ਼ ਲਈ ਵੱਡੀ ਕੁਰਬਾਨੀ ਕਰ ਦਿੱਤੀ। ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇਣ ਲਈ ਸਾਂਸਦ ਗੁਰਜੀਤ ਸਿੰਘ ਔਜਲਾ ਪਹੁੰਚੇ ਨੇ। ਸਰ, ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ? ਮੈਂ ਤਾਂ ਇਹੀ ਕਹਾਂਗਾ ਕਿ ਮਦਨ ਲਾਲ ਢਿੰਗਰਾ ਵਰਗੇ ਜਿਨ੍ਹਾਂ ਸ਼ਹੀਦਾਂ ਨੇ ਦੇਸ਼ ਦੇ ਵਾਸਤੇ ਆਪਣੀ ਜਾਨ ਦਿੱਤੀ, ਉਸ ਸਮੇਂ ਦੇ ਵਿੱਚ ਜਦੋਂ ਇੱਕ ਚੰਗੇ ਪਰਿਵਾਰ ਨੂੰ ਸੰਬੰਧ ਰੱਖਦੇ ਸੀ, ਉਹਦੇ ਫਾਦਰ ਸਾਹਿਬ ਵੀ ਡਾਕਟਰ ਸਨ, ਬ੍ਰਦਰ ਵੀ ਡਾਕਟਰ ਸਨ, ਔਰ ਦੇਸ਼ ਵਾਸਤੇ ਉਹਨਾਂ ਨੇ ਤਰਜੀਹ ਦਿੱਤੀ। ਪੜ੍ਹਦੇ ਹੋਏ ਲੰਡਨ ਦੇ ਵਿੱਚ ਜਦੋਂ ਉਹਨਾਂ ਨੂੰ ਮੌਕਾ ਮਿਲਿਆ, ਕਰਜ਼ਨ ਵਾਈਜ਼ ਨੂੰ ਉਹਨਾਂ ਨੇ ਗੋਲੀਆਂ ਮਾਰ ਕੇ, ਔਰ ਕੋਈ ਘਬਰਾਏ ਨਹੀਂ, ਕੋਈ ਇਹ ਨਹੀਂ ਗੱਲ ਕਿ ਭੱਜੇ ਆ, ਉੱਥੇ ਉਹਨਾਂ ਨੇ ਮਾਰ ਕੇ ਗੋਲੀਆਂ, ਔਰ ਉਹਨਾਂ ਨੇ ਕਿਹਾ ਕਿ ਮੇਰਾ ਸੁਪਨਾ ਪੂਰਾ ਹੋ ਗਿਆ, ਮੈਂ ਦੇਸ਼ ਦੀ ਆਜ਼ਾਦੀ ਵਾਸਤੇ ਜਿੰਨਾ ਹਿੱਸਾ ਪਾਉਣਾ ਸੀ ਪਾਇਆ। ਤਾਂ ਉਹਨਾਂ ਨੂੰ ਅੱਜ ਦੇ ਦਿਨ ਉੱਥੇ ਫਾਂਸੀ ਦਿੱਤੀ ਗਈ 17 ਅਗਸਤ। ਸਰ, ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀਗਾ ਇਹਨਾਂ ਦਾ ਕੋਈ ਸਮਾਰਕ ਬਣਾਇਆ ਜਾਊਗਾ, ਪਰ ਅੱਜ ਤੱਕ ਕੋਈ ਸਮਾਰਕ ਨਹੀਂ, ਕੋਈ ਯਾਦਗਾਰ ਨਹੀਂ ਬਣਾਈ। ਮੈਂ ਕੈਪਟਨ ਸਾਹਿਬ ਨੇ ਅਨਾਊਂਸ ਕੀਤਾ, ਮੈਨੂੰ ਦੱਸਿਆ ਸੀ ਭੈਣ ਜੀ ਲਸ਼ਮੀਕਾ ਚਾਵਲਾ ਜੀ ਹੋਣਾ, ਔਰ ਮੈਂ CM ਸਾਹਿਬ ਨਾਲ ਪੁੱਟ ਅਪ ਕਰਾਂਗੇ, ਆਪਣੇ MLA ਮੰਤਰੀ ਸਾਹਿਬਾਨ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਇਹ ਸਮਾਰਕ ਬਣਨਾ ਚਾਹੀਦਾ ਹੈ ਔਰ ਬਣਾ ਕੇ ਦੇਣਗੇ ਵੀ। ਮੇਰਾ CM ਸਾਹਿਬ ਨੇ ਹਾਂ ਕੀਤੀ ਵੀ ਹੈ, ਔਰ ਇਹਦੇ 'ਤੇ ਛੇਤੀ ਹੀ ਅਸੀਂ ਕੰਮ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਇਲੀਗਲ ਮਾਈਨਿੰਗ ਤਾਂ ਲਗਾਤਾਰ ਪ੍ਰਤਾਪ ਸਿੰਘ ਬਾਜਵਾ ਪੰਜਾਬ ਸਰਕਾਰ ਨੂੰ ਘੇਰ ਰਹੇ ਨੇ ਜੀ। ਦੇਖੋ ਭਾਅ ਜੀ, ਪ੍ਰਤਾਪ ਸਿੰਘ ਬਾਜਵਾ ਹੁਣਾਂ ਨੂੰ ਇੱਕ ਚੀਜ਼ ਸਮਝ ਹੋਣੀ ਚਾਹੀਦੀ ਕਿ ਪਾਲਿਸੀ ਹੁਣੇ ਆਈ ਆ, ਔਰ ਪਾਲਿਸੀ ਦੇ ਵਿੱਚ ਕੀ ਉਹਦੇ ਕੀ ਉਹ ਇਲੀਗਲ ਮਾਈਨਿੰਗ ਹੈ ਜਾਂ ਨਹੀਂ ਇਲੀਗਲ ਮਾਈਨਿੰਗ, ਉਹਦੇ 'ਤੇ ਮੇਰਾ ਖਿਆਲ ਹੈ ਮਾਈਨਿੰਗ ਮਿਨਿਸਟਰ ਜ਼ਿਆਦਾ ਵਧੀਆ ਜਵਾਬ ਦੇ ਸਕਦੇ, ਕਿਉਂਕਿ ਮੈਂ ਉਹ ਪਾਲਿਸੀ ਸਟੱਡੀ ਕੀਤੀ ਨਹੀਂ। ਜੋ ਮੈਨੂੰ ਮੋਟਾ ਮੋਟਾ ਪਤਾ ਹੈ ਕਿ ਐਤਕੀ ਉਹਨਾਂ ਨੇ ਰੀਜ਼ਨ ਬਣ ਦਿੱਤੇ ਨੇ, ਰੀਜ਼ਨ ਵਾਈਜ਼ ਠੀਕ ਹੈ, ਕੋਈ ਇੱਕ ਪੁਆਇੰਟ ਨਹੀਂ ਦਿੱਤਾ ਗਿਆ ਕਿ ਇੱਥੋਂ ਹੀ ਰੇਤ ਪੁੱਟਣੀ ਆ। ਸੋ ਉਹਨੂੰ ਜੇ ਉਸ ਤਰੀਕੇ ਦਾ ਠੇਕਾ, ਤਾਂ ਫਿਰ ਆਪਾਂ ਨੂੰ ਇਲੀਗਲ ਨਹੀਂ ਕਹਿ ਸਕਦੇ। ਸੋ ਇਹ ਹੁਣ ਪਾਲਿਸੀ ਜਾਂ ਮੰਤਰੀ ਸਾਹਿਬ ਕਹਿ ਦੱਸ ਸਕਦੇ, ਕੋਈ ਮੈਨੂੰ ਪਾਲਿਸੀ ਬਾਰੇ ਇਹਦੀ ਜਾਣਕਾਰੀ ਨਹੀਂ ਹੈਗੀ। ਸਰ, ਕਰਤਾਰਪੁਰ ਕੋਰੀਡੋਰ ਸਾਹਿਬ ਦਾ ਜਿਹੜਾ ਕੰਮ ਹੈਗਾ ਉਹ ਬੰਦ ਪਿਆ ਪਿਛਲੇ 6 ਦਿਨਾਂ ਤੋਂ ਪਾਕਿਸਤਾਨ ਵਾਲੀ ਸਾਈਡ 'ਤੇ, ਜਦਕਿ ਕਿਹਾ ਸੀਗਾ ਵੀ 370 ਦਾ ਕੋਈ ਵੀ ਅਸਰ ਨਹੀਂ ਹੋਊਗਾ। ਦੇਖੋ, ਮੇਰਾ ਖਿਆਲ ਇਹੋ ਜਿਹੀ ਗੱਲ ਨੂੰ ਆਪਾਂ ਨੂੰ ਨੈਗੇਟਿਵ ਨਹੀਂ ਲੈਣਾ ਚਾਹੀਦਾ। ਬਰਸਾਤਾਂ ਇੰਨੀਆਂ ਨੇ, ਮੈਂ ਘਰ 'ਚ ਆਪਣੇ ਮਿਸਤਰੀ ਲਾਏ, ਮੈਨੂੰ ਉਹ ਵੀ ਢਾਉਣੇ ਪਏ ਨੇ, ਕਿਉਂਕਿ ਬਰਸਾਤ ਜਦੋਂ ਆਉਂਦੀ ਆ ਫਿਰ ਕੰਮ ਨਹੀਂ ਹੋ ਸਕਦਾ। ਪੋਜ਼ਿਟਿਵ ਲਾਓ, ਕੋਈ ਇਹੋ ਜਿਹਾ ਬਿਆਨ ਨਹੀਂ ਆਇਆ, ਉਹਨਾਂ ਨੇ ਵੀ ਬਿਆਨ ਦਿੱਤਾ ਕੰਮ ਚਾਲੂ ਰਹੇਗਾ, ਭਾਰਤ ਸਰਕਾਰ ਨੇ ਵੀ ਦਿੱਤਾ ਕੰਮ ਚਾਲੂ ਰਹੇਗਾ। ਬਾਬੇ ਨਾਨਕ ਜਿਹੜੇ ਸੀ ਉਹ ਸਾਰਿਆਂ ਦੇ ਸਾਂਝੇ ਸੀ, ਮੈਨੂੰ ਨਹੀਂ ਲੱਗਦਾ ਉਹਦੇ 'ਤੇ ਕੋਈ ਵੀ ਇਹੋ ਜਿਹੀ ਗੱਲ ਹੋਵੇ, ਔਰ ਮੈਂ ਵੀ ਚਿੱਠੀ ਲਿਖਾਂਗਾ ਕਿ ਇਹ ਕੰਮ ਜਿਹੜਾ ਵਾ ਦੋਵਾਂ ਸਰਕਾਰਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ, ਇਹਨੂੰ ਵੱਖਰਾ ਰੱਖਣਾ ਚਾਹੀਦਾ। ਸ਼ਾਇਦ ਇਹੀ ਕਿਤੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਔਰ ਇਹਨਾਂ ਦੇ ਵਿਚਕਾਰ ਜਿਹੜਾ ਸ਼ਾਂਤੀ ਮਾਰਗ ਬਣ ਰਿਹਾ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਦੇ ਵਿੱਚ, ਸ਼ਾਇਦ ਕਿਤੇ ਸ਼ਾਂਤੀ ਦਾ ਮੀਲ ਪੱਥਰ ਸਾਬਤ ਹੋ ਜੇ ਸਾਡੇ ਦੋਵਾਂ ਦੇਸ਼ਾਂ ਦੇ ਵਿੱਚ। ਸੋ ਅਜਿਹੀਆਂ ਕੁਝ ਚੀਜ਼ਾਂ ਰਹਿਣ ਦੇਣੀਆਂ ਚਾਹੀਦੀਆਂ ਨੇ ਜਿਹੜੀ ਕਿਤੇ ਗੱਲਬਾਤ ਦੇ ਨੇੜੇ ਉਸ ਰਸਤੇ ਆ ਸਕੀ। ਸੁਖਬੀਰ ਬਾਦਲ ਦਾ ਜਿਹੜਾ ਬਿਆਨ ਆਇਆ ਉਹਨੂੰ ਕਿਸਨੇ ਦੇਖਦੇ? ਦੇਖੋ, ਸੁਖਬੀਰ ਬਾਦਲ ਹੁਣੀ ਆਪਣੇ ਹਿਸਾਬ ਨਾਲ ਬਿਆਨ ਦਿੰਦੇ ਆ, ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਹਰਿਆਣੇ 'ਚ ਵੀ ਨੇ, ਉਹਨਾਂ ਦੇ ਹੋਟਲ ਹਰਿਆਣੇ 'ਚ ਵੀ ਨੇ, ਉਹਨਾਂ ਦੇ ਕਾਰੋਬਾਰ ਹਰਿਆਣੇ 'ਚ ਵੀ ਉਹਨੇ ਜਿੰਨੇ ਪੰਜਾਬ 'ਚ ਆ। ਸੋ ਉਹ ਗੱਲ ਪੰਜਾਬ ਦੀ ਨਹੀਂ ਕਰਦੇ, ਉਹ ਜੇ ਰਾਜਨੀਤੀ ਵੀ ਕਰ ਰਹੇ ਆਪਣੇ ਕਾਰੋਬਾਰਾਂ ਵਾਸਤੇ ਕਰ ਰਹੇ ਆ, ਆਪਣੇ ਕੰਮਾਂ ਧੰਦਿਆਂ ਲਈ ਕਰ ਰਹੇ, ਉਹਨਾਂ ਨੂੰ ਕਿਸੇ ਦਾ ਕੋਈ ਫਿਕਰ ਫਾਕਾ ਨਹੀਂ ਹੈਗਾ। ਸੋ ਜੇ SYL ਦਾ ਮੁੱਦਾ ਦੀ ਗੱਲ ਕੀਤੀ ਆ, ਉਹਨਾਂ ਨੂੰ ਪਤਾ ਇਲੈਕਸ਼ਨ ਲੜਨ ਡੇ, ਸਾਨੂੰ ਤਾਂ ਕੱਲ੍ਹ ਘੇਰ ਲੈਣਗੇ, ਉਹ ਇਹੋ ਜਿਹੀ ਗੱਲ ਨਹੀਂ ਕਰਨਗੇ। ਕਾਹ ਹੁਣ ਹਰਿਆਣੇ 'ਚ ਇਲੈਕਸ਼ਨ ਲੜਨ ਜਾ ਰਹੇ ਹੋ, ਕੀ ਬਿਆਨ ਦੇਣਗੇ ਹਰਿਆਣੇ 'ਚ ਜਾ ਕੇ? ਸੁਖਬੀਰ ਬਾਦਲ ਹੁਣੀ ਸਟੇਜ 'ਤੇ ਜਾ ਕੇ ਕਹਿਣਗਾ, ਇੱਕ ਦਿਨ ਵੀ ਕਹਿਣ ਦੇ ਨਾਲ ਲੋਕਾਂ ਨੂੰ ਕਹਿਣ ਉੱਥੇ ਇੰਟਰਵਿਊ ਪ੍ਰੈਸ ਰਾਹੀਂ ਕਿ ਮੈਂ ਪੰਜਾਬ ਦੇ ਹੱਕ 'ਚ SYL ਪੰਜਾਬ ਦੀ ਕਹਿ ਕੇ ਵਿਖਾਉਣ ਸੁਖਬੀਰ ਬਾਦਲ ਉੱਥੇ ਹਰਿਆਣੇ ਜਾ ਕੇ। ਬਾਬੇ ਬਕਾਲ ਵਿੱਚ ਕਾਨਫਰੰਸ ਹੋਈ ਸੀਗੀ, ਉੱਥੇ ਸ਼ਵੇਤ ਮਲਿਕ BJP ਦੇ ਪ੍ਰਧਾਨ ਨੇ ਕਿਹਾ ਵੀ ਆਉਣ ਵਾਲੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਣਗੇ ਪੰਜਾਬ ਦੇ। ਦੇਖੋ ਸੁਖਬੀਰ, ਉਹ ਸ਼ਵੇਤ ਮਲਿਕ ਦੱਸ ਸਕਦਾ, ਪਰ ਜਿਸ ਤਰੀਕੇ ਨਾਲ ਭਰਤੀ ਹੋ ਰਹੀ ਹੈ BJP ਦੀ, ਇਹੋ ਜਿਹੀ ਮੈਨੂੰ ਕੋਈ ਉਮੀਦ ਲੱਗਦੀ ਨਹੀਂ। ਹੋ ਸਕਦਾ ਸ਼ਵੇਤ ਮਲਿਕ ਹੁਣੀ ਖੁਦ ਮੁੱਖ ਮੰਤਰੀ ਦੇ ਦਾਅਵੇਦਾਰ ਬਣ ਜਾਣ, ਇਹ ਸਟੇਜ ਸੀ ਉੱਥੇ, ਹੁਣ ਕੀ ਕਹਿ ਸਕਦੇ ਅਕਾਲੀਆਂ ਦੀ ਸਟੇਜ 'ਤੇ ਵੀ ਮੁੱਖ ਮੰਤਰੀ ਇਹਨੂੰ ਨਹੀਂ ਬਿਠਾਉਣਾ, ਅਗਲੀ ਸਟੇਜ ਤੋਂ ਲਾ ਦਿੰਦੇ ਵੀ ਤੂੰ ਤਾਂ ਚੱਲ ਖਾ। ਸੋ ਉਹ ਮੌਕੇ ਦੇ ਤਰੀਕੇ ਨਾਲ ਬਿਆਨ ਦਿੰਦੇ, ਜਿਸ ਤਰੀਕੇ ਨਾਲ BJP ਨੇ ਭਰਤੀ ਕੀਤੀ ਆ ਪੰਜਾਬ 'ਚ, ਉਹ ਬੜਾ ਸਪਸ਼ਟ ਦੇਖ ਲੱਗ ਰਿਹਾ ਕਿ ਇਲੈਕਸ਼ਨਾਂ ਅਲੱਗ ਅਲੱਗ ਲੜਨਗੇ। ਉਹ ਕਹਿ ਰਹੇ BJP ਸਭ ਤੋਂ ਵੱਡੀ ਪਾਰਟੀ ਬਣਨ ਜਾ ਰਹੀ ਪੰਜਾਬ ਅੰਦਰ ਵੀ। ਅਤੇ ਉਹ ਵੱਡੀ ਪਾਰਟੀ ਦਾ ਮਤਲਬ ਕੀ ਹੁੰਦਾ? ਰਾਜਨੀਤਿਕ ਪਾਰਟੀ ਦਾ ਮਤਲਬ ਏਜੰਡਾ ਕੀ ਹੁੰਦਾ? ਰਾਜ ਸੱਤਾ ਅਤੇ ਮਤਲਬ ਰਾਜ ਸੱਤਾ ਮਤਲਬ ਰਾਜ ਸੱਤਾ 'ਤੇ ਆ ਕੇ ਮੁੜ ਕੇ ਲੋਕ ਸੇਵਾ ਜਾਂ ਮੇਵਾ ਜੋ ਵੀ ਉਹ ਕਰਦੇ ਆ ਉਹ ਕਰਨਗੇ, ਪਰ ਜੇ ਉਹ ਵੱਡੀ ਪਾਰਟੀ ਬਣ ਜਾ ਰਹੀ ਤਾਂ ਉਹ ਕੀ ਕਹਿਣਗੇ ਸੁਖਬੀਰ ਬਾਦਲ ਜੀ, ਤੁਸੀਂ ਇਹ ਮੁੱਖ ਮੰਤਰੀ ਬਣੋ, ਤੁਸੀਂ ਆਪ ਇੰਨੇ ਸਿਆਣੇ ਬੰਦੇ ਜੇ, ਇਹ ਸ਼ਵੇਤ ਹੁਣ ਆਪ ਕਹਿਣਾ ਮੈਨੂੰ ਬਣਾ ਦਿਓ। ਅਤੇ ਇਹ ਸਨ ਸਾਂਸਦ ਗੁਰਜੀਤ ਸਿੰਘ ਔਜਲਾ, ਜਿਨ੍ਹਾਂ ਨੇ ਆਖਿਆ ਵੀ ਉਹਨਾਂ ਦੇ ਧਿਆਨ ਵਿੱਚ ਹੈਗਾ ਜਿਹੜਾ ਪੰਜਾਬ ਸਰਕਾਰ ਸ਼ਹੀਦ ਮਦਨ ਲਾਲ ਢਿੰਗਰਾ ਦੀ ਜਿਹੜਾ ਸਮਾਰਕ ਜਿਹੜਾ ਬਣਾਉਣਾ ਚਾਹੀਦਾ ਉਹ ਪੰਜਾਬ ਸਰਕਾਰ ਨੇ ਇਸ ਮੁੱਦੇ 'ਤੇ ਛੇਤੀ ਗੱਲਬਾਤ ਕਰਨਗੇ। ਔਰ ਉਹਨਾਂ ਨੇ ਆਖਿਆ ਵੀ ਜਿਹੜਾ ਵੀ ਬਿਆਨ ਮੁੱਖ ਮੰਤਰੀ ਬਣਾਉਣ ਦਾ ਹੋ ਰਿਹਾ ਪੰਜਾਬ BJP ਵੱਲੋਂ ਉਹ ਇੱਕ ਬੇਤੁਕਾ ਬਿਆਨ ਹੈ, ਕਿਉਂਕਿ BJP ਦਾ ਜਨ ਆਧਾਰ ਜਿਹੜਾ ਪੰਜਾਬ ਅੰਦਰ ਨਹੀਂ ਹੈਗਾ। ਕੈਮਰਾ ਪਰਸਨ ਮੁਕੇਸ਼ ਬਾਬਾ ਨਾਲ ਸਿਕੰਦਰ ਪਸੀਚਾ, ਡੈਂਗਸਫੀਰਾ TV।
अमृतसर। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 kg किया है और मेरा इंच लॉस भी 70+ किया है। आई वुड लाइक टू से प्लीज कम हेयर फॉर अ हेल्दी वेट लॉस एंड यू विल सी द रिजल्ट। थैंक यू सो मच।